श्री वाहिगुरु जी का खालसा, श्री वाहिगुरु जी की फतेह। सत सिंह जी, हुण अगला शब्द है जी, काले लिखना लेख। वैसे शब्द शुरू हुंदा है फरीदा जेतू अकल लतीफ, काले लिखना लेख। ये अमृत कीर्तन 664 अंग ते है जी। इसकी कंपोजिशन भाई जबत और सिंह जी, हजूरी रागी दरबार साहब, ताल कैरो 8 मात्रा। आओ जी, पहले इसनों थोड़ा गायन करके इस लाइन में देख लेने ताकि आपको समझने में आसानी रहेगी, क्योंकि फिर लास्ट अखीर में फिर इसनों गा के दसन की लोड़ नहीं पेगी, नाल नाल ही पंक्ति नूं आपां गायन करके देख लेंगे। काले लिखना लेख पहले इतना देखते हैं, काले पा ते नी कोमल, काले हुण काले हो गया ते लिख, काले लिख नी सा लिख, काले लिख पानी नी सा ना। इसनों दो सुरां लगदी हन, रे सा तार सप्तक विच हायर नोट्स विच, ना लेख रे सा फिर लेख सा। हुण अपना हो गया काले लिखना लेख, काले लिखना लेख। इत्थों तक हो गया साडा हुण पा नी नी सा रे सा। हुण अगे आएगा काले लिखना लेख फरीदा, फरीदा विच असी सुरां यूज कीतियां हन 6, फरी फिर दा विच यूज कीतियां 3, धा प म दा परी दा पापा नी धा पा म। हुण फरीदा हो गया, काल लिखना लेख फरीदा, काल लिखना लेख फरीदा। इस तरह असी इत्थों तक पहुंच गए। हुण काले लिखना लेख फिर दोबारा बोलना है, पर थोड़ा सुरां अलग लगनगियां। काले म ते नी कोमल, काले मानी लिखना धा लिख है धा नी कोमल, दोनों कोमल है। फिर लिख ना धा प धा कोमल है, लिखना धानी धा प लिखना हो गया। हुण लेख पापा फिर से देख लेने, काले लिखना लेख मानी धानी धा पापा। सो हुण काले लिखना लेख फरीदा, काले लिखना लेख, इत्थों तक असी पहुंच गए। तो इसनों एक हुण अगला असी लाइन फिर दोबारा इसनों रिपीट होएगी। हुण जिहड़ा असी कीता है फरीदा काले लिखना लेख, इसनों फिर दोबारा अलग तरीके नाल बोलना है, फरीदा काले लिखना लेख। हुण इसनों सुरा देख लेने,
ਫਰੀਦਾ ਹੁਣ ਫਰੀਦਾ ਹੋ ਗਿਆ, ਹੁਣ ਕਾਲ ਲਿਖਣਾ ਲੇਖ, ਕਾਲੇ ਗਾ ਨੀ ਦੋਨੋਂ ਕੋਮਲ ਹੈ, ਲਿਖਣਾ ਧਾ ਨੀ ਕੋਮਲ ਹੈ, ਲਿਖਣਾ ਲੇਖ ਪਾ। ਹੁਣ ਅਸੀਂ ਇਸ ਪੰਕਤੀ ਦਾ ਬਾਕੀ ਦਾ ਭਾਗ ਦੇਖਦੇ ਹਾਂ। ਜੇਤੂ ਅਕਲ ਲਤੀਫ, ਜੋ ਕਿ ਪੰਕਤੀ ਵਿੱਚ ਪਹਿਲੇ ਆਉਂਦਾ ਹੈ ਲੇਕਿਨ ਅਸੀਂ ਉਸਨੂੰ ਬਾਅਦ ਵਿੱਚ ਯੂਜ਼ ਕਰ ਰਹੇ ਹਾਂ, ਜਿੱਦਾਂ ਭਾਈ ਸਾਹਿਬ ਜੀ ਨੇ ਪੜ੍ਹਿਆ ਹੈ। ਉਸਨੂੰ ਵੀ ਗਾਇਨ ਕਰਕੇ ਦੇਖ ਲੈਂਦੇ ਹਾਂ। ਸੋ ਇਸ ਤਰ੍ਹਾਂ ਹੈ। ਹੁਣ ਅਸੀਂ ਇਸ ਨੂੰ ਆਰਾਮ ਨਾਲ ਦੇਖਦੇ ਹਾਂ। ਜੇ ਤੂੰ ਪਹਿਲਾਂ ਦੇਖਦੇ ਹਾਂ, ਜੇ ਤੂੰ ਸਾ ਤਾਰ ਸਪਤਕ ਵਿੱਚ, ਜੇ ਤੂੰ ਅਕਲ ਸਾ ਨੀ ਕੋਮਲ ਰੇ, ਅਕਲ ਸਾ ਨੀ ਰੇ ਤਾਰ ਸਪਤਕ ਵਿੱਚ ਸਾ ਹੋ ਰੇ, ਲਤੀਫ ਸਾ ਧਾ ਨੀ ਹੈਗਾ ਕੋਮਲ, ਲਤੀਫ ਸਾ ਧਾ ਨੀ ਫਰੀਦਾ ਪਾ ਧਾ ਕੋਮਲ ਸਾ ਫਰੀਦਾ ਪਾ ਪਾ ਧਾ ਸਾ। ਫਿਰ ਹੁਣ ਕਾਲੇ ਲਿਖਣਾ ਲੇਖ ਦੁਬਾਰਾ ਬੋਲਾਂਗੇ, ਦੋ ਵਾਰੀ ਅਲੱਗ ਅਲੱਗ ਤਰੀਕੇ ਨਾਲ। ਕਾਲੇ ਲਿਖ ਗਾ ਸਾ ਤਾਰ ਸਪਤਕ ਵਿੱਚ ਹੈ, ਗਾ ਕੋਮਲ, ਕਾਲੇ ਗਾ ਸਾ, ਕਾਲੇ ਲਿਖ ਹੈ ਧਾ ਨੀ ਕੋਮਲ, ਧਾ ਨੀ ਕਾਲੇ ਲਿਖ। ਹੁਣ ਲਿਖ ਹੋ ਗਿਆ, ਨਾ ਲੇਖ ਆਪਾਂ ਪਹਿਲਾਂ ਦੇਖਦੇ ਹਾਂ, ਨਾ ਸਾ ਨੀ ਕਾਲੇ ਲਿਖਣਾ ਲੇਖ ਨੀ ਸਾ ਰੇ ਨੀ ਕੋਮਲ ਸਾਰੇ ਤਾਰ ਸਪਤਕ ਲੇਖ, ਕਾਲੇ ਲਿਖਣਾ ਲੇਖ ਇਸ ਤਰ੍ਹਾਂ ਹੈ। ਸੋ ਫਿਰ ਉਸ ਤੋਂ ਬਾਅਦ ਦੁਬਾਰਾ ਪੜ੍ਹਨਾ ਹੈ, ਪੂਰਾ ਸੇਮ ਹੀ ਹੈ ਇਸਦੀ ਸੁਰਾਂ, ਸਿਰਫ ਲੇਖ ਵਿੱਚ ਜਾ ਕੇ ਉਹਨੂੰ ਥੋੜ੍ਹਾ ਚੇਂਜ ਹੋਏਗਾ, ਕਿਉਂਕਿ ਫਿਰ ਦੁਬਾਰਾ ਅਸੀਂ ਆਪਣਾ ਸਥਾਈ 'ਤੇ ਜਿੱਥੋਂ ਸ਼ੁਰੂ ਕੀਤਾ ਉੱਥੇ ਪਹੁੰਚਣਾ। ਫਿਰ ਇਸਨੂੰ ਕਾਲੇ ਲਿਖਣਾ ਲੇਖ ਸਿਰਫ ਇੱਥੋਂ, ਬਾਕੀ ਸਾਰਾ ਸੇਮ ਹੀ ਅਸੀਂ ਹੁਣ ਜਿਹੜਾ ਕੀਤਾ, ਕਾਲੇ ਲਿਖਣਾ ਲੇਖ, ਬਸ ਇੱਥੇ ਚੇਂਜ ਹੋਏਗਾ। ਕਾਲੇ ਗਾ ਸਾ ਲਿਖਣਾ ਧਾ ਨੀ ਸਾ ਨੀ ਲੇਖ ਨੀ ਧਾ
ਪਾ ਨੀ ਧਾ ਕੋਮਲ ਤੇ ਪਾ ਫਿਰ ਉਸ ਬਾਅਦ ਕਾ ਜਿੱਦਾਂ ਸ਼ੁਰੂ ਤੋਂ ਕੀਤਾ ਹੈ ਕਾ ਸਾਡਾ ਪਹਿਲੀ ਪੰਕਤੀ ਕੰਪਲੀਟ ਹੋਈ ਹੈ। ਹੁਣ ਸਤਸੰਗ ਜੀ, ਹੁਣ ਅਗਲੀ ਪੰਕਤੀ ਹੈ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਪਹਿਲੇ ਇਸਨੂੰ ਗਾਇਨ ਕਰਕੇ ਦੇਖ ਲੈਂਦੇ ਹਾਂ। ਆਪਣੜੇ ਗਰੀਬਾਨ ਮੈਂ, ਪਹਿਲੇ ਇੰਨਾ ਹੀ ਦੇਖ ਲਈਏ, ਫਿਰ ਸਿਰ ਨੀਵਾਂ ਕਰ ਦੇਖ, ਫਿਰ ਉਸ ਤੋਂ ਬਾਅਦ ਨਾਲ ਨਾਲ ਫਿਰ ਗਾਇਨ ਕਰਕੇ ਨਾਲ ਆਪਣੂੰ ਸੁਰਾਂ ਦੱਸੀਆਂ ਜੀ। ਪਹਿਲੇ ਆਪਨੜੇ ਆਪਨੜੇ ਸਾ ਤੀਵਰ ਤਾਰ ਸਪਤਕ ਵਿੱਚ ਚਾਰ ਵਾਰੀ ਆਪਨੜੇ, ਫਿਰ ਉਸਦੇ ਨਾਲ ਅਖੀਰ ਵਿੱਚ ਵੱਜੇਗਾ ਨੀ, ਅੜੇ ਨੂੰ ਅੱਗੇ ਖਿੱਚ ਕੇ ਲੱਗ ਜਾਣਾ ਆਪਨੜੇ ਸਾ 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 ਨੀ, ਚਾਰ ਵਾਰੀ ਸਾ ਫਿਰ ਨੀ, ਤਾਰ ਸਪਤਕ ਵਿੱਚ ਸਾ ਤੇ ਨੀ ਕੋਮਲ। ਗਰੀਵਾਨ ਪਹਿਲੇ ਅਸੀਂ ਦੇਖਦੇ ਹਾਂ, ਦੋ ਭਾਗ 'ਚ ਕਰ ਲੈਂਦੇ ਹਾਂ ਆਸਾਨੀ ਲਈ। ਗਰੀ ਰੇ ਸਾ ਤਾਰ ਸਪਤਕ ਵਿੱਚ, ਗਰੀਵਾਨ ਧਾ ਨੀ ਧਾ ਕੋਮਲ ਦੋਨੋਂ, ਧਾ ਵੀ ਨੀ ਵੀ। ਗਰੀਵਾਨ ਰੇ ਸਾ ਧਾ ਨੀ ਧਾ ਗਰੀਵਾਨ ਮੈਂ ਪਾ ਧਾ ਕੋਮਲ ਸਾ ਤਾਰ ਸਪਤਕ ਵਿੱਚ ਹਾਇਰ ਨੋਟਸ ਵਿੱਚ ਮੈਂ ਪਾ ਧਾ ਸਾ। ਹੁਣ ਅਸੀਂ ਕਰ ਲਿਆ ਆਪਨੜੇ ਗਰੀਬਾਨ ਮੈਂ, ਫਿਰ ਫਿਰ ਦੇਖ ਲੈਂਦੇ ਆਪਨੜੇ ਗਰੀਬਾਨ ਆਪਨੜੇ ਗਰੀਬਾਨ ਮੈਂ, ਹੁਣ ਸਿਰ ਨੀਵਾਂ ਕਰ ਦੇਖ। ਸਿਰ ਨੀਵਾਂ ਕਰ ਦੇਖ। ਸੋ ਇਸ ਵਿੱਚ ਹੁਣ ਆਰਾਮ ਨਾਲ ਦੇਖਦੇ ਹਾਂ। ਪਹਿਲੇ ਦੇਖਦੇ ਹਾਂ ਸਿਰ, ਸਿਰ ਗਾ ਕੋਮਲ ਸਾ ਦੋਨੋਂ ਤਾਰ ਸਪਤਕ ਵਿੱਚ ਹੈ ਹਾਇਰ ਨੋਟ ਵਿੱਚ। ਸਿਰ ਗਾ ਸਾ ਨੀਵਾਂ, ਇਸਨੂੰ ਤਿੰਨ ਭਾਗ ਵਿੱਚ ਸੁਰਾਂ ਡਿਵਾਈਡ ਕੀਤੀਆਂ ਹਨ। ਪਹਿਲੇ ਵੱਜੇਗੀ ਸਾ, ਫਿਰ ਧਾ ਕੋਮਲ, ਫਿਰ ਨੀ ਸਾ ਨੀ ਵਾਂ ਨੀ ਵਾਂ ਸਾ ਧਾ ਕੋਮਲ ਨੀ ਵਾਂ, ਅਤੇ ਅੱਗੇ ਜਿਹੜਾ ਵਾਂ ਨੂੰ ਅੱਗੇ ਖਿੱਚ ਕੇ ਲੱਗ ਜਾਣਾ ਵਾਂ ਨੀ ਸਾ ਨੀ ਕੋਮਲ ਸਾ ਸਾ ਤਾਰ ਸਪਤਕ ਵਿੱਚ ਨੀ ਵਾਂ ਸਾ ਧਾ ਨੀ ਸਾ ਕਰ ਸਾ ਨੀ ਨੀ ਕੋਮਲ ਕਰ ਦੇਖ ਦੇਖ ਅੱਗੇ ਨੀ ਕੋਮਲ ਸਾ ਫਿਰ ਰੇ ਦੇਖ। ਹੁਣ ਪੂਰਾ ਇੱਕ ਵਾਰੀ ਦੇਖ ਲੈਂਦੇ ਹਾਂ। ਸਿਰ ਨੀਵਾਂ ਕਰ ਦੇਖ। ਹੁਣ ਸਿਰ ਨੀਵਾਂ ਕਰ ਦੇਖ ਫਿਰ ਇੱਕ ਵਾਰੀ ਬੋਲਣਾ ਹੈ। ਸਿਰਫ ਇਸ ਵਿੱਚ ਜਿਹੜਾ ਆਖਰੀ ਅੱਖਰ ਹੈ ਦੇਖ, ਉਸਨੂੰ ਸਿਰਫ ਉਹਦੇ ਥੋੜ੍ਹਾ ਜਿਹਾ ਚੇਂਜ ਆਏਗਾ, ਬਾਕੀ ਪੂਰਾ ਦਾ ਪੂਰਾ ਸੇਮ ਹੀ ਹੈ। ਸਿਰ ਨੀਵਾਂ ਕਰ ਦੇਖ ਦੇਖ ਨੀ ਧਾ ਪ ਨੀ ਧਾ ਹੈ ਕੋਮਲ ਦੇਖ, ਫਿਰ ਉਸ ਤੋਂ ਬਾਅਦ ਸਥਾਈ ਜਿੱਦਾਂ ਪਹਿਲੇ ਸੀ
काले लिखना ले काले लिखना लेख परिवेदा। सो इस तरह स्थाई बोल के फिर असी अगे हम वैसे तो अगली पंक्ति जी है ऑलमोस्ट जी स्थाई वे असी किया है वो ही पूरा मिलता जुलता है पर फिर भी असी एक पंक्ति कर लेंगे ताकि आपनों होर थोड़ा आइडिया मिल जाएगा। श्री वाहिगुरु जी का खालसा श्री वाहिगुरु जी की फतेह। सतसंग जी हुण इसे थोड़ा आपनों ब्रीफ कर दिंदे हां इहदे नोटेशन बारे। हुण जिस तरह इत्थे अस्थाई का ही हिस्सा है जे तू अकल लतीफ काले लिखना लेख इस दे असी ब्रैकेट मार के इत्थे अंतरा वन लिखा है। सो अंतरा वन पार्ट वन ते अगली पंक्ति है आपरड़े गरीबान में सिर नीवा कर देख इस दे अगे असी लिखा है पार्ट टू अंतरा पार्ट टू। सो आपने यह सेम सुरां जड़ियां हन इस दियां अंतरा पार्ट वन दियां ते अंतरा पार्ट दू दियां टू दियां इसनों जिन्नियां भी अगले पंक्तियां आउणियां हन उत्थे सेम सेम सुरां आउणियां इन्हां दियां। सो जिथे अंतरा पार्ट वन लिखा है उत्थे अंतरा पार्ट वन नूं इसे तरह ही सुरां अरेंज करके आप गा सकते हो ते जिथे अंतरा पार्ट टू है इत्थे भी टू लिखा है त्या शब्द दी जो भी स्वरां इत्थे आ रही हैं यही इत्थे आ जाणियां हैं इस तरह अगे भी। सो आपनों इस तरह पूरा शब्द सेम स्वरां ते ही आप कट सकते हो ते कोई दिक्कत आवे तो आप कमेंट कर देना जी आपनों रिकॉर्डिंग करके भेजता जाएगा जे कितने आपनों दिक्कत आ रही नहीं समझ आ रही। सो दिओ सज्जन सीसड़िया जो हो साहब से मेल। श्री वाहिगुरु जी का खालसा श्री वाहिगुरु जी का खालसा श्री वाहिगुरु जी की फतेह। सत संगत जी अगला शब्द है जी काले लिखना लेख। वैसे पंक्ति तो है शुरू दी है फरीदा जे तू अकल लतीफ काले लिखना लेख पर जिस तरह भाई साहब जी ने पढ़िया है उस तरह असी इसनों करांगे। सो यह कंपोजिशन भाई जबातौर सिंह जी हजूरी रागी दरबार साहब ताल कैरवा अठ मात्रा ते अमृत कीर्तन ते यह पंक्ति है जी 664 ते 664 और फीमेल स्केल थले सुरां लिखिया हैं उतों पा तो शुरू होंदा है शब्द इसमें पहले पंक्ति है जी फरीदा जे तू अकल लतीफ काले लिखना लेख। सो असी शुरू करांगे काले लिखना लेख फरीदा काले लिखना लेख फिर उस तो बाद इसनों बोला जाता है जे तू अकल लतीफ फरीदा काले लिखना लेख इस तरह गायन किया है भाई साहब जी ने। सो असी भी उसी तरह ही इनू फॉलो करांगे। सो पहले असी काले लिखना लेख नू गायन करके थोड़ा देख लेने हैं ताकि आपनों ठीक तरह समझ आ जाए। काले लिखना लेख फरीदा काले लिखना लेख फरीदा काले लिखना लेख। हुण इतना पहले सी करदे हां ट्यूटोरियल काले काले पा नी कोमल काले हुण अगे काले लिख हुण असी काले लिख इकट्ठा करदे हां काले लिख पा नी फिर लिख नी सा सात आर शब्दक विच है काले लिख पा नी नी सा नी कोमल है हुण ना लेख ना
ਨਾਂ ਵਿੱਚ ਦੋ ਸੁਰਾਂ ਲੱਗਦੀਆਂ ਹਨ, ਰੇ ਅਤੇ ਸਾ, ਤਾਰ ਸਪਤਕ ਵਿੱਚ। ਰੇ ਸਾ ਲੇਖ ਸਾ ਸਾ। ਹੁਣ ਇੱਥੋਂ ਤੱਕ ਫਿਰ ਇੱਕ ਵਾਰ ਪੜ੍ਹ ਕੇ ਦੇਖਦੇ ਹਾਂ। ਕਾਲੇ ਲਿਖ ਲੇਖ ਪਾਣੀ ਨੀ ਸਾ ਰੇ ਸਾ ਸਾ ਸਾ। ਹੁਣ ਅੱਗੇ ਫਰੀਦਾ, ਫਰੀਦਾ ਵਿੱਚ ਛੇ ਸੁਰਾਂ ਯੂਜ਼ ਹੁੰਦੀਆਂ ਹਨ। ਫਰੀਦਾ ਫਰੀ ਫਰੀ ਪਾ ਪਾ ਨੀ, ਨੀ ਕੋਮਲ। ਫਰੀ ਦਾ, ਦਾ ਵਿੱਚ ਹੈ ਤਿੰਨ ਸੁਰਾਂ, ਧਾ ਪਾ ਮ, ਧਾ ਪਾ ਮ। ਫਰੀ ਦਾ ਪਾ ਪਾ ਨੀ ਧਾ ਪਾ ਮ। ਹੁਣ ਫਰੀਦਾ ਹੋ ਗਿਆ। ਫਿਰ ਅਸੀਂ ਦੁਬਾਰਾ ਬੋਲਣਾ ਹੈ ਕਾਲੇ ਲਿਖਣਾ ਲੇਖ, ਕਾਲੇ ਲਿਖਣਾ ਲੇਖ ਫਰੀਦਾ, ਕਾਲੇ ਲਿਖਣਾ ਲੇਖ। ਸੋ ਇਸਨੂੰ ਪਹਿਲੇ ਫਿਰ ਇੱਕ ਵਾਰੀ ਦੇਖ ਲਓ ਕਿੱਦਾਂ ਗਾਉਣਾ ਹੈ ਅਗਲਾ। ਫਰੀਦਾ ਕਾਲੇ ਲਿਖਣਾ ਲੇਖ। ਸੋ ਇਸਨੂੰ ਹੁਣ ਆਰਾਮ ਨਾਲ ਦੇਖੋ। ਕਾਲੇ ਮਾਂ ਨੀ ਕੋਮਲ, ਕਾਲੇ ਕਾਲੇ ਲਿਖ, ਧਾ ਨੀ ਕੋਮਲ ਦੋਨੋਂ। ਕਾਲੇ ਲਿਖ ਮਾਂ ਨੀ ਧਾ ਨੀ, ਨਾ ਨਾ ਦੋ ਸੁਰਾਂ, ਧਾ ਕੋਮਲ ਪਾ। ਨਾ ਲੇਖ ਪਾ ਪਾ ਲੇਖ। ਕਾਲੇ ਲਿਖ ਨਾ ਲੇਖ ਮਾ ਨੀ ਧਾ ਨੀ ਧਾ ਪਾ ਪਾ ਪਾ। ਫਿਰ ਉਸ ਤੋਂ ਬਾਅਦ ਫਰੀਦਾ ਕਾਲੇ ਲਿਖ ਨਾ ਲੇਖ। ਹੁਣ ਇਸਨੂੰ ਦੇਖ ਲੈਂਦੇ ਹਾਂ। ਫਰੀਦਾ ਨੀ ਨੀ ਪਾ ਮਾ ਗ, ਫਰੀਦਾ ਫਰੀਦਾ ਨੀ ਨੀ ਪਾ ਮਾ ਗ, ਨੀ ਕੋਮਲ ਹੈ ਗਾ ਕੋਮਲ ਹੈ ਇਸ ਵਿੱਚ। ਫਿਰ ਫਰੀਦਾ ਕਾਲੇ ਲਿਖ ਗਾ, ਕਾਲੇ ਗਾ ਅਤੇ ਨੀ ਕੋਮਲ, ਕਾਲੇ ਗਾ ਨੀ ਲਿਖਣਾ ਧਾ ਨੀ ਧਾ ਪਾ ਧਾ ਨੀ ਦੋਨੋਂ ਕੋਮਲ ਹੈ। ਲਿਖਣਾ ਲੇਖ ਪਾ ਪਾ ਲੇਖ। ਸੋ ਅਸੀਂ ਹੁਣ ਕਾਲੇ ਲਿਖਣਾ ਲੇਖ ਫਰੀਦਾ, ਕਾਲੇ ਲਿਖਣਾ ਲੇਖ, ਜੇ ਤੂੰ ਅਕਲ ਲਤੀਫ ਫਰੀਦਾ, ਕਾਲੇ ਲਿਖਣਾ ਲੇਖ। ਹੁਣ ਇਸ ਪੰਕਤੀ ਦਾ ਅਸੀਂ ਬਾਕੀ ਦਾ ਹਿੱਸਾ ਜੋ ਰਹਿ ਗਿਆ ਸੀ, ਜੇ ਤੂੰ ਅਕਲ ਲਤੀਫ, ਉਸਨੂੰ ਹੁਣ ਕਰਦੇ ਹਾਂ। ਜੇ ਇਸਨੂੰ ਪਹਿਲੇ ਗਾਇਨ ਕਰਕੇ ਦੇਖ ਲੈਂਦੇ ਹਾਂ। ਜੇ ਤੂੰ ਅਕਲ ਲਤੀਫ ਫਰੀਦਾ, ਜੇ ਤੂੰ ਅਕਲ ਲਤੀਫ ਫਰੀਦਾ। ਸੋ ਇਸਨੂੰ ਆਰਾਮ ਨਾਲ ਦੇਖਦੇ ਹਾਂ। ਜੇ ਤੂੰ ਸਾ ਸਾ, ਜੇ ਤੂੰ ਅਕਲ ਅਕਲ ਸਾ, ਤਾਰ ਸਪਤਕ ਵਿੱਚ, ਨੀ ਨੀ ਕੋਮਲ, ਫਿਰ ਰੇ ਤਾਰ ਸਪਤਕ ਵਿੱਚ। ਅਕਲ ਸਾ ਨੀ ਰੇ ਲਤੀਫ ਲਤੀਫ, ਲਤੀਫ ਤਿੰਨ ਸੁਰਾਂ, ਸਾ ਤਾਰ ਸਪਤਕ, ਧਾ ਕੋਮਲ, ਨੀ ਕੋਮਲ। ਲਤੀਫ ਫਿਰ ਫਰੀਦਾ ਪਾ ਪਾ ਧਾ ਸਾ, ਫਰੀਦਾ ਪਾ ਪਾ ਧਾ ਸਾ, ਧਾ ਕੋਮਲ, ਸਾ ਤਾਰ ਸਪਤਕ ਵਿੱਚ। ਫਿਰ ਇਸ ਤੋਂ ਬਾਅਦ ਕਾਲੇ ਲਿਖਣਾ ਲੇਖ, ਅਸੀਂ ਜੋ ਪਹਿਲੇ ਉੱਪਰ ਗਾਇਆ ਹੈ ਉਸ ਨਾਲੋਂ ਥੋੜ੍ਹਾ ਸੁਰਾਂ ਅਲੱਗ ਲੱਗਣਗੀਆਂ ਇਸ ਵਿੱਚ। ਫਿਰ ਜੇ ਤੂੰ ਅਕਲ ਲਤੀਫ ਤੋਂ ਬਾਅਦ ਫਿਰ ਕਾਲੇ ਲਿਖਣਾ ਲੇਖ।
इसनों देख लो आराम ना। काले गा तार सप्तक विच कोमल ते सा। काले गा सा लिख लिख धा नी लिख धा नी लिख ना ना सा नी कोमल तार सप्तक विच सा। ना लेख लेख नी सारे नी कोमल सारे तार सप्तक विच। फिर दोबारा असी इसनु बोलांगे काले लिखना लेख पर सिर्फ लेख विच जाके थोड़ा दो सुरां विच चेंज आएगा जो असी वापिस स्थाई ते पहुंचन लई। काले लिखना इतों तक बराबर है जो ऊपर सी पहला कीता। काले लिखना गासा धानी सानी लेख लेख नी धा कोमल पा लेख। फिर इतों दी जिदा शुरू कीता सी। काले लिखना लेख फरीदा काले लिखना लेख। सो उस तो बाद अगली पंक्ति करेंगे। पंजी साहब सिंह जी अगली पंक्ति है जी आपनड़े गरीवान में सिर नीवा कर देख। सो इसनु पहले थोड़ा गायन करके देखते हैं। आपनड़े गरीवान में आपनड़े गरीवान में सिर नीवा कर देख सिर नीवा कर देख। काल लिखना लेख फरीदा इतो फिर काल लिखना लेख स्थाईश जो पहली लाइन सी और शुरू हो गई। सो आओ सत्संग जी देखते हो आपनड़े गिरवान में सिर नीवा कर देख। सो पहले असी लवेंगे पहला अखर आपनड़े 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 असी पांच सुरां यूज कीतियां हन। पहले आ प न डे विच चारों सुरां सा तार सप्तक विच है। आपन डे रे उन्हों अगे खिंच के लग जाना डे उत्थे लगेगी नी कोमल। आपन डे सा 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 नी हुण आपन डे हो गया। हुण असी देखांगे गरीवान में गरीवान 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 इसनु पांच सुरां हन रे सा तार सप्तक विच धा नी धा कोमल है। गरीवान रे सा धानी धा पा धा सा पा धा कोमल सा तार सप्तक विच आपनड़े गरीवान में। सो इतों तक साडा हो गया। हुण सिर नीवा कर देख। हुण असी देखांगे सिर 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 गा कोमल ते सा दोनों तार सप्तक विच हन। सिर नीवा हुण असी नीवा देखदे हां नीवा इनू तीन भाग विच चार सुरां डिवाइड कीता है। पहले नी वां
नी विच आएगा सा, फिर वा नीवा, नीवा विच धा कोमल, नीवा वा नू फिर अगे खिंच के अगली लग जाना नीवा, उथे असी सुर लावांगे नी सा, तो इस तरह हो गया नीवा, एक दो तीन, नीवा सा धा नी सा, सो ये नीवा हो गया। हुण कर देख, कर सा नी कोमल, देख देख नी कोमल सा रे तार सप्तक विच। सो इस तरह फिर तो एक बार देखते हैं इसमें। इसमें पढ़ना, फिर दोबारा असी बोलांगे सिर नीवा कर देख, उस विच जिस तरह हुण असी सिर नीवा कर देख हुणे सुरा देखियां सन, वो बिल्कुल सेम हन, सिर्फ जिहड़ा आखरी अक्षर है देख उत्थे सुर चेंज होएगी क्योंकि वापस जाना है असी। हुण इन देखदे हां, सिर नीवा कर इतने फर्क बनता है, पहले से गीता सी देख हुण की करना है? सो ये क्लियर हो गया है। सिर नीवा कर देख, सो इस दियां सुरां ऑलरेडी लिख के पाई हैं, आप उतों देखोगे तो इस नू नाल मैच करके आपनों काफ़ी क्लैरिटी मिलेगी। सो इस तो बाद फिर असी जदों इतने पहुँचने काले लिखना लेख फरीदा, काले लिखना सो इस तरह स्थाई यदि कंप्लीट होंगी है। सो हुण असी देखांगे इसका अंतरा। श्री वाहिगुरु जी का खालसा, श्री वाहिगुरु जी की फतेह। सतसंग जी, हुण इसे थोड़ा आपनों ब्रीफ कर दिंदे हाँ इहदे नोटेशन बारे। हुण जिस तरह इत्थे अस्थाई का ही हिस्सा है, जे तू अकल लतीफ काले लिखना लेख, इस दे असी ब्रैकेट मार के इत्थे अंतरा वन लिखा है। सो अंतरा वन पार्ट वन, ते अगली पंक्ति है आपरड़े गरीबान में सिर नीवा कर देख, इस दे अगे असी लिखा है पार्ट टू, अंतरा पार्ट टू। सो आपने यह सेम सुरां जड़ियां हन इस दियां, अंतरा पार्ट वन दियां ते अंतरा पार्ट दू दियां, टू दियां, इसनों जिन्नियां भी अगले पंक्तियां आनियां हन उत्थे सेम सेम सुरां आनियां इन्हां दियां। सो जिथे अंतरा पार्ट वन लिखा है उत्थे अंतरा पार्ट वन नूं इसे तरह ही सुरां अरेंज करके आप गा सकते हो, ते जिथे अंतरा पार्ट टू है इत्थे भी टू लिखा है, त्या शब्द दी जो भी सुरां इत्थे आ रहियां हन यही इत्थे आ जाणियां हन, इसे तरह अगे भी। सो आपनों इस तरह पूरा शब्द सेम सुरां ते ही आप कट सकते हो, ते कोई दिक्कत आवे तो आप कमेंट कर देना जी, आपनों रिकॉर्डिंग करके भेजता जाएगा जे कि आपनों दिक्कत आ रही नहीं समझ आ रही। सो देव सज्जन सीसड़िया जो हुआ साहब से मेल, श्री वाहिगुरु जी का खालसा, श्री वाहिगुरु जी की।